सत श्री अकाल किसान वीरो, मैं साहब संधू। अज आप आए हैं किसान मेला फरीदकोट। दोस्तों इतने भाई गुरप्रीत मास्टर जी ने विरासती गुड़ सुखन वाले तो स्टाल लाई सी। इतने तुहानू मिलेगा बिना रेह स्प्रे तो ऑरगैनिक गुड़। गुड़ दियां बहुत ही वरायटियां, गुड़ के नाल नाल होर भी बहुत वरायटियां जिवें गनेरियां बई लए आ। ते बाकी बई दे कोले जदों दा मेला लग्गिया गल करन दा टाइम भी नहीं मिला, जानी इन्ना बई कोले रश सीगा। हुण भी मेला मुक चलिया नाल, तुसीं देख सकदे हो फार्मर हुण भी बाई कोलों गुड़ लिजा रहे आ। दूजे बहुत प्रोडक्ट कई तां वेख ही चुके आ, जिवें शक्कर हो गई, कल्ले गुड़ दे रह गए, बहुत बाई प्रोडक्ट लिआए सीगे। बाकी आपां सारी गल्लबात करांगे बई, तुसीं वीडियो नाल जुड़े रहो। वीडियो बहुत कीमती है बई, जिवें अज कल आपां देखदे हां कम रेहां स्प्रेयां ते हो गया, बीमारियां बहुत वध चुकियां, ते आपां सारी गल्लबात करदे हां बई। हांजी सत श्री अकाल बई जी। सत श्री अकाल जी। होर सर ठीक ठाक जी? बहुत वधिया जी, धन्नवाद जी। अपना नाम की है जी? मेरा नाम मास्टर गुरप्रीत सिंह है जी। ठीक है जी। ते पिंड बई जी? पिंड बई मेरा सुखन वाला, जिला फरीदकोट है जी। ठीक है जी। ते अपना कदों दा इह काम चल रहा है जी? बई मैं जिहड़ा खेतीबाड़ी नाल जिहड़ा सिद्धा जदों जुड़िया सी ऑर्गेनिक फार्म, वैसे तां जिवें किसान दे आपां बेटे हैगे आ तां शुरू तों ही अपना जिहड़ा खेती नाल किसे ना किसे तरह आपां जुड़े हुंदे आ, पर जदों मैं ऑर्गेनिक फार्मिंग करन लग्गा 2013 तों, 10 साल मैनूं हो गए जी काम। ठीक है। 2013 तों जानी आपां जुड़ गए सीगे? हांजी हां, जदों मैं मतलब ਛੋਟੇ ਲੈਵਲ ਤੇ ਆਰਗੈਨਿਕ ਫਾਰਮਿੰਗ ਕਰਨ ਲੱਗ ਪਿਆ ਸੀ। ਠੀਕ ਹੈ ਜੀ। ਤੇ ਆਪਣੇ ਕੋਲੇ ਗੁੜ ਦੀਆਂ ਕਿਹੜੀਆਂ ਵਰਾਇਟੀਆਂ ਜੀ? ਬਈ ਗੁੜ ਦੀਆਂ ਆਪਣੇ ਕੋਲੇ ਕਾਫੀ ਵਰਾਇਟੀਆਂ ਨੇ ਜੀ, ਜਿਵੇਂ ਗੁੜ ਆਪਣੇ ਕੋਲ ਜਿਹੜਾ ਸਿੰਪਲ ਗੁੜ ਹੈ ਉਹ ਚਾਹ ਦੁੱਧ ਵਾਲਾ ਹੈ ਜੀ। ਠੀਕ ਹੈ ਜੀ। ਮਤਲਬ ਤੁਸੀਂ ਉਹਨੂੰ ਚਾਹ ਚ ਪਾ ਲਓ, ਭਲਾਂ ਚ ਦੁੱਧ ਵਿੱਚ ਪਾ ਕੇ ਬੋਇਲ ਕਰੀ ਜੋ, ਕੋਈ ਦਿੱਕਤ ਨਹੀਂ ਆਉਂਦੀ। ਠੀਕ ਹੈ ਜੀ। ਉਸ ਤੋਂ ਬਗੈਰ ਜਿਹੜਾ ਆਪਾਂ ਗੁੜ ਤਿਆਰ ਕਰਦੇ ਹਾਂ ਉਹ ਐਜ਼ ਏ ਮੈਡੀਸਨ ਕਰਦੇ ਹਾਂ ਜੀ, ਜਿਹੜਾ ਵੱਖ ਵੱਖ ਤਰ੍ਹਾਂ ਦਾ ਗੁੜ ਹੈਗਾ ਜਿਵੇਂ ਤੁਸੀਂ ਸ਼ੂਗਰ। ਹਾਂਜੀ, ਮੈਂ ਤੁਹਾਨੂੰ ਦੱਸ ਕੇ ਹਟੇਗਾ ਜੀ, ਜਿਵੇਂ ਸ਼ੂਗਰ ਫ੍ਰੀ ਹੈ ਜਿਹੜੇ ਬੰਦਿਆਂ ਦਾ, ਅੰਦਰ ਸ਼ੂਗਰ ਹੈ ਜਾਂ ਕੋਲੈਸਟ੍ਰੋਲ ਹੈ ਜਾਂ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਹੈ ਨਹੀਂ, ਉਹਦਾ ਨਾਂ ਹੀ ਵੈਸੇ ਅਸਲ ਵਿੱਚ ਇਮਿਊਨਿਟੀ ਪਲੱਸ ਹੈ ਜੀ। ਓਕੇ ਸਰ। ਉਹਦੇ ਵਿੱਚ ਅੰਬਾ, ਹਲਦੀ, ਭੂਰੀ ਮਿਰਚ, ਸੁੰਡ, ਅਜਵਾਇਣ, ਦੇਸੀ ਘਿਓ ਕਾਫੀ ਸਮਾਨ ਪਾਇਆ ਹੁੰਦਾ ਜੀ। ਮੈਂ ਤੁਹਾਨੂੰ ਉਹਦਾ ਟੇਸਟ ਵੀ ਕਰਵਾਉਣਾ ਹੈਗਾ ਜੀ, ਹੁਣੇ ਅਸੀਂ ਖਾ ਕੇ ਹਟੇ ਸੀਗੇ। ਠੀਕ ਹੈ ਜੀ। ਦੋਸਤ ਨੇ ਦਿਖਵਾਇਆ। ਹਲਦੀ ਜਿਵੇਂ ਬਾਈ ਆਪਣੇ ਹੱਡਾਂ ਪੈਰਾਂ ਵਾਸਤੇ ਵੀ ਠੰਡ? ਹਾਂਜੀ ਹਾਂ ਬਾਈ, ਇਹ ਤਾਂ ਸਾਰੇ ਸਰੀਰ ਨੂੰ ਮਤਲਬ ਜਿਹੜਾ ਹੈਗਾ ਰੋਗ, ਅਸਲ ਵਿੱਚ ਇਹ ਇਮਿਊਨਿਟੀ ਪਲੱਸ ਦਾ ਮਤਲਬ ਹੀ ਹੈ ਜੀ, ਰੋਗਾਂ ਨਾਲ ਲੜਨ ਦੀ ਸ਼ਕਤੀ ਜਿਹੜੀ ਹੈਗੀ। ਤੁਸੀਂ ਖਾ ਕੇ ਦੱਸੋ ਜੀ ਕਿਵੇਂ ਲੱਗਿਆ। ਸਿਰਾ ਗੱਲਬਾਤ ਬਈ ਜਮਾਂ ਐ ਜਿਵੇਂ ਚੌਕਲੇਟਾਂ ਲੱਗੀ ਬਾਈ, ਬਹੁਤ ਮਤਲਬ ਅਸੀਂ ਬਾਈ ਜਦੋਂ ਬਣਾਉਂਦੇ ਆ ਨਾ ਇਕੱਲਾ, ਅਸੀਂ ਇੰਜ ਹੀ ਨਹੀਂ ਬਣਾ ਦਿੰਦੇ ਜੀ, ਪੂਰਾ ਆਯੁਰਵੈਦਿਕ ਦੇ ਡਾਕਟਰਾਂ ਤੋਂ ਰਾਇ ਲੈਂਦੇ ਹੈਗੇ ਆ, ਫੂਡ ਟੈਕਨੋਲੋਜੀ ਵਾਲੇ ਟ੍ਰਿਪਲ PhD ਬੰਦੇ ਹੈਗੇ ਨੇ ਜਿਨ੍ਹਾਂ ਨਾਲ ਜੁੜ ਕੇ ਅਸੀਂ ਕੰਮ ਕਰਦੇ ਹੈਗੇ ਆ ਜੀ। ਤੇ ਉਹ ਵੀ ਅਸੀਂ ਪੂਰਾ ਹਰ ਗੱਲ ਦਾ ਧਿਆਨ ਰੱਖਦੇ ਹਾਂ ਜੀ। ਇਹ ਬਾਈ ਇਹਦੇ ਚ ਕੈਮੀਕਲ ਤਾਂ ਬਿਲਕੁਲ ਵੀ ਨਹੀਂ ਪਾਇਆ? ਨਹੀਂ ਨਹੀਂ, ਕਿਸੇ ਪ੍ਰਕਾਰ ਦਾ ਕੈਮੀਕਲ ਨਹੀਂ ਪਾਉਂਦੇ ਜੀ ਅਸੀਂ। ਵੈਸੇ ਤਾਂ ਹੁਣ ਸਾਡੇ ਕੋਲੇ ਜਿਹੜਾ ਗੁੜ ਇਹ ਹੈਗਾ ਜਿਹੜਾ ਮੈਂ ਦੱਸਦਾ, ਸਾਡੇ ਕੋਲੇ ਲਿਮਿਟਡ ਸਟਾਕ ਹੀ ਰਹਿ ਗਿਆ ਜੀ। ਠੀਕ ਹੈ ਜੀ। ਅੱਜ ਵੀ ਇੱਥੇ ਅਸੀਂ ਕਾਫੀ ਮਾਤਰਾ ਚ ਲੈ ਕੇ ਆਏ ਸੀਗੇ, ਮਤਲਬ ਪੂਰਾ ਸਾਰਾ ਸੇਲ ਹੋ ਹੀ ਗਿਆ ਜੀ। ਸੇਲ ਹੋ ਗਈ, ਬਸ ਆਹ ਜਿਹੜੇ 10-15 ਡੱਬੇ ਹੀ ਰਹਿ ਗਏ। ਹਾਂਜੀ, ਨਹੀਂ ਬਹੁਤ ਵਧੀਆ ਗੱਲ ਹੈ, ਜਿਵੇਂ ਅੱਜ ਕੱਲ ਬਿਮਾਰੀਆਂ ਬਹੁਤ ਵਧੀਆ ਪਈਆਂ, ਕੈਮੀਕਲ ਕਈ ਜ਼ਿਆਦਾ ਖਾਂਦੇ ਆ, ਜੇਕਰ ਆਪਾਂ ਇਹਨਾਂ ਵੱਲ ਆਈਏ, ਜਿਵੇਂ ਮੰਨ ਲਓ ਗੁੜ ਵੀ ਆ ਔਰਗੈਨਿਕ ਨਾਲ ਨਾਲ, ਜਿਵੇਂ ਫਸਲਾਂ ਕਈ ਹੁਣ ਜ਼ਿਮੀਂਦਾਰ ਕਣਕਾਂ ਦੀ ਖੇਤੀ ਵੀ ਔਰਗੈਨਿਕ ਕਰਦੇ ਆ, ਉਹ ਆਟੇ ਦਾ ਵੱਖਰਾ ਟੇਸਟ ਆ ਜੀ ਦੂਸਰਿਆਂ ਨਾਲੋਂ। ਬਿਲਕੁਲ ਬਿਲਕੁਲ ਜੀ, ਜਿਹੜਾ ਹਾਂਜੀ ਹਾਂ, ਦੇਖੋ ਜਿਹੜਾ ਆਪਾਂ ਇੰਨੀਆਂ ਝੋਲੇ ਭਰ ਭਰ ਕੇ, ਡੱਟੇ ਭਰ ਭਰ ਕੇ ਜਿਹੜਾ ਸਪਰੇਆਂ ਪਾਉਂਦੇ ਆ, ਅਕਸਰ ਉਹ ਜਾਂਦੀਆਂ ਕਿਤੇ ਉਹ ਮਤਲਬ ਉਹਦੀ ਕੁਆਲਿਟੀ ਦੇ ਵਿੱਚ ਆਪਣੇ ਸਰੀਰ 'ਚ ਜਿਵੇਂ ਹੁਣ ਹੱਡਾਂ ਪੈਰਾਂ ਨੇ ਆ ਜੀ, ਹਾਂਜੀ ਹਾਂ, ਜ਼ਿਆਦਾ ਸਮੱਸਿਆ ਆਉਂਦੀ ਹੈ ਗੋਡੇ ਲੱਤਾਂ ਬਾਹਾਂ ਦੋ ਬੰਦੀ ਹੋਈ, ਰੀਆਂ ਸਪਰੇਆਂ ਕਰਨੀ ਆ ਰਹੀ ਹੈ ਜੀ। ਹਾਂਜੀ ਹਾਂਜੀ ਹਾਂ। ਤੇ ਬਾਈ ਜੀ ਆਪਣੇ ਗੁੜ ਦੇ ਨਾਲ ਨਾਲ ਹੋਰ ਕਿਹੜੀਆਂ ਵਰਾਇਟੀਆਂ ਆਪਣੇ ਕੋਲ? ਬਾਈ ਗੁੜ ਦੇ ਨਾਲ ਜਿਹੜੀਆਂ ਵਰਾਇਟੀਆਂ, ਵੈਸੇ ਤਾਂ ਸਾਡੇ ਕੋਲੇ ਜਿਹੜੀ ਅਸੀਂ ਚੀਜ਼ ਬਣਾਉਂਦੇ ਆ ਨਾ, ਉਹ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ ਸਾਡੇ ਤੇ, ਅਸੀਂ ਸਭ ਤੋਂ ਜਨੀਕ ਬਣਾਉਣੇ। ਜੇ ਗੁੜ ਬਣਾਇਆ ਅਸੀਂ ਬੜਾ ਅਲਟੀਮੇਟ ਬਣਾਇਆ, ਬਿਲਕੁਲ ਇਹਦੇ ਇੱਕ ਗੁੜ ਦਾ ਜਿਹੜਾ ਇੱਕ ਪੀਸ ਆ ਬਰਫ਼ ਪਾਉਂਗੇ ਉਹਦਾ ਸਾਈਜ਼ 25 ਗ੍ਰਾਮ ਹੀ। ਹੁਣ ਅਸੀਂ ਜਿਹੜਾ ਇੱਕ ਸੋਹਣਾ ਪ੍ਰੋਡਕਟ ਬਣਾਇਆ ਜੀ, ਉਹ ਬਣਾਈ ਹੈ ਜੀ ਅਸੀਂ ਗਨੇਰੀ ਜੀ। ਠੀਕ ਹੈ ਜੀ। ਵਿਰਾਸਤੀ ਗਨੇਰੀ ਜੀ, ਇਹਦੇ ਵਿੱਚ ਤਾਂ ਜਿਵੇਂ ਆਹ ਤਾਂ ਸਾਡੇ ਕੋਲੇ ਅਸੀਂ ਡੀਪ ਫ੍ਰੀਜ਼ਰ ਦੇ ਵਿੱਚ ਲਾਈਆਂ ਸੀਗੀਆਂ, ਤੇ ਹੁਣ ਅਸੀਂ ਇਹਨੂੰ ਆਪਣਾ ਇਹ ਫਰੀਦਕੋਟ, ਆਪਣਾ ਫਰੀਦਕੋਟ ਕੋਟਕਪੂਰਾ ਜਿੱਤੋਂ ਅਸੀਂ ਹੋਮ ਡਿਲੀਵਰੀ ਵੀ ਕਰਦੇ ਹਾਂ। ਓਕੇ ਸਰ। ਹਾਂਜੀ ਹਾਂ, ਇਹ ਗਨੇਰੀ ਹੈ ਜਿਹੜੀ ਬਹੁਤ ਮਤਲਬ ਵਧੀਆ ਗੰਨੇ ਤੋਂ ਤਿਆਰ ਕੀਤੀ ਗਈ ਹੈਗੀ ਹੈ ਜੀ। ਠੀਕ ਹੈ ਜੀ। ਇਹਦੇ ਵਿੱਚ ਨਾਲ ਤੁਹਾਨੂੰ ਨਾ 3 ਅਟੈਚਮੈਂਟ ਵੀ ਦਿੱਤੀਆਂ ਜਾਂਦੀਆਂ ਨੇ, ਜਿਵੇਂ ਆਹ ਤੁਸੀਂ ਦੇਖੋ ਇੱਥੇ ਆ ਜਿਹੜੇ ਕਿਸਾਨਾਂ ਨੂੰ ਅਸੀਂ ਟੈਸਟ ਕਰਵਾਇਆ ਸੀਗਾ, ਇਹ ਜਿਹੜਾ ਪੋਲੀਥੀਨ ਹੈ ਨਾ ਜੀ, ਇਹ ਬਾਇਓਡੀਗ੍ਰੇਡੇਬਲ ਹੈ। ਠੀਕ ਹੈ ਜੀ। ਮਤਲਬ ਤੁਸੀਂ ਵਾਤਾਵਰਨ, ਹਾਂਜੀ ਮਤਲਬ ਉਹਦਾ ਸਟ੍ਰੈਚੇਬਲ ਵੀ ਹੈ ਵੀ ਜੇ ਤੁਸੀਂ ਜ਼ਿਆਦਾ ਬੰਦੇ ਹੈਗੇ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਖੋਲਣਾ ਚਾਹੋ ਤਾਂ ਮਤਲਬ ਉਹ ਖੋਲ ਵੀ ਸਕਦੇ ਆ। ਜੇ ਆਪਾਂ ਬੱਸ 'ਚ ਜਾਂ ਗੱਡੀ 'ਚ ਸਫ਼ਰ ਕਰਦੇ ਆ ਜਿਹਦੇ ਲਫਾਫਾ ਨਾਲ ਹੀ। ਹਾਂਜੀ ਹਾਂ, ਬਾਹਰ ਹਾਂ ਹਾਂਜੀ ਹਾਂ, ਤੁਸੀਂ ਇਹਦੇ ਨਾਲ ਹੀ ਦਿੱਤਾ ਹੈ ਨਾ ਜੀ? ਹਾਂਜੀ ਹਾਂਜੀ, ਇਹਦੇ ਨਾਲ ਇੱਕ ਲਫਾਫਾ ਦਿੱਤਾ ਹੈਗਾ, ਉਹਦੇ ਵਿੱਚ ਇੱਕ ਟੁੱਥਪਿਕ ਹੈਗਾ ਜੀ, ਲਫਾਫੇ ਦੇ ਵਿੱਚ ਨੈਪਕਿਨ ਹੈਗਾ, ਠੀਕ ਆ ਨਾ, ਤਾਂ ਕਿ ਤੁਹਾਨੂੰ ਜਿਹੜਾ ਸਾਫ਼ ਕਰਨ ਵਾਸਤੇ ਜਿਹੜਾ ਆਪਣਾ ਕੋਈ ਹੱਥ ਪੈਰ ਸਾਫ਼ ਕਰਨੇ ਨੇ, ਨਾਲ ਨੈਪਕਿਨ ਲਾ ਦਿੰਦੇ ਹੈਗੇ। ਹਾਂਜੀ, ਆਹ ਤੁਸੀਂ ਆਹ ਦੇਖੋ ਜੀ, ਬਹੁਤ ਵਧੀਆ ਹੈਗਾ ਜੀ, ਇਹਨੂੰ ਜਿਵੇਂ ਮਰਜ਼ੀ ਤੁਸੀਂ, ਇਹਦਾ ਕੀ ਹੈਗਾ ਵੀ ਖਲਾਰਾ ਨਹੀਂ ਪੈਂਦਾ, ਖਲਾਰਾ ਨਹੀਂ ਪੈਂਦਾ ਜੀ। ਦੂਜੀ ਗੱਲ, ਖਲਾਰਾ ਵੀ ਕੀ, ਤੁਸੀਂ ਇਹਨੂੰ
ਪਲਾਸਟਿਕ ਬੈਗ ਨਹੀਂ ਹਾਂ। ਠੀਕ ਹੈ ਜੀ, ਨਹੀਂ ਨਹੀਂ ਬਹੁਤ ਵਧੀਆ ਗੱਲ ਬਾਈ। ਹਾਂਜੀ ਹਾਂਜੀ, ਤਾਂ ਇਹ ਬਾਈ ਜਿਹੜੀਆਂ ਨਾ ਇੱਕ ਤੁਸੀਂ ਅੱਗੇ ਦੀ ਟੇਸਟ ਕਰਕੇ ਦੇਖੋ, ਥੋੜੀ ਜਿਹੀ ਠੰਡੀ ਜ਼ਿਆਦਾ ਹੈਗੀ ਆ ਕਿਉਂਕਿ ਡੀਪ ਫ੍ਰੀਜ਼ ਕਰਕੇ ਰੱਖਣਾ ਪੈਂਦਾ ਹੁੰਦਾ ਹੈਗਾ, ਮਤਲਬ ਉਦੋਂ ਬਾਅਦ ਖਾ ਸਕਦੇ ਹਾਂ। ਬਹੁਤ ਵਧੀਆ ਸਵਾਦ ਆ ਕਿਸਾਨ ਵੀਰੋ ਗੰਨੇ ਦਾ। ਤੁਸੀਂ ਮੈਂ ਮਾੜਾ ਕੈਮਰਾਮੈਨ ਨੂੰ ਕਹੂੰਗਾ, ਤੁਸੀਂ ਮਾੜਾ ਜਿਹਾ ਨੇੜੇ ਆ ਕੇ ਇਹਦੀ ਦਿਖਾਓ ਜੀ ਅੱਗੇ ਵੀ ਤੁਸੀਂ ਇਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਤੁਹਾਨੂੰ ਮਿਲਣੀ ਹੈਗੀ ਹੈ ਜੀ। ਕਾਰਬੋਹਾਈਡਰੇਟਸ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਕ੍ਰੋਮੀਅਮ, ਕਾਪਰ, ਮੈਗਨੀਜ਼ੀਅਮ, ਮੈਗਨੀਜ਼, ਜ਼ਿੰਕ, ਵਿਟਾਮਿਨ ਏ, B1, B2, B3, B5, B6 ਅਤੇ ਫਾਈਬਰ ਨਾਲ ਭਰਪੂਰ। ਹੋਰ ਜਿਹੜੇ ਗਨੇਰੀ ਦੇ ਤੁਹਾਨੂੰ ਫਾਇਦੇ ਮਿਲਣੇ ਆ ਜੀ, ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਜਿਹੜਾ ਇਹਦੇ 'ਚ ਫਾਇਦਾ ਸਾਡੇ ਕੋਲ ਲਿਖਣਾ ਭੁੱਲ ਗਿਆ, ਬਾਅਦ 'ਚ ਅਸੀਂ ਸਟੱਡੀ ਕੀਤੀ, ਕੁਛ ਡਾਕਟਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਗਨੇਰੀ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੈ ਨਾ ਵੀ ਇਹ ਸਾਡੇ ਦਿਮਾਗ ਦੀ ਐਕਸਰਸਾਈਜ਼ ਕਰਨ ਵਾਲੇ ਇੱਕੋ ਹੀ ਇੱਕ ਪ੍ਰੋਡਕਟ ਹੈ। ਜੇ ਮੰਨ ਲਓ ਆਪਾਂ ਚੱਬਦੇ ਹਾਂ, ਹਾਂ ਜਦੋਂ ਆਪਾਂ ਇਹਨੂੰ ਚਬਾਉਂਦੇ ਹਾਂ ਤਾਂ ਸਾਡੇ ਜਿਹੜੇ ਦਿਮਾਗ ਦੀ, ਉਹ ਕਹਿੰਦਾ ਜਿਹੜਾ ਬੰਦਾ ਗਨੇਰੀ ਖਾਂਦਾ ਉਹਦੀ ਯਾਦਦਾਸ਼ਤੀ ਵੱਧ ਹੋਊਗੀ, ਇਕਾਗਰਤਾ ਵੱਧ ਹੋਊਗੀ, ਟੈਨਸ਼ਨ ਬੰਦਾ ਮੁਕਤ ਰਹਿੰਦਾ ਹੈਗਾ ਜੀ। ਵੈਸੇ ਇਹਦੇ ਵਿੱਚ ਦੱਸਿਆ ਹੋਇਆ ਹੈਗਾ ਜੀ ਤਣਾਅ ਮੁਕਤ ਰਹਿੰਦਾ ਹੈਗਾ, ਸਾਡਾ ਜਿਹੜਾ ਚਿਹਰੇ ਦਾ ਰੰਗ ਦੀ ਇੰਪਰੂਵਮੈਂਟ ਹੁੰਦੀ ਹੈਗੀ ਆ, ਭਾਰ ਘੱਟ ਸੈੱਟ ਕਰਨ ਦੇ ਵਿੱਚ ਵਧੀਆ, ਐਕਸੀਡੈਂਟ ਹੈ, ਲੀਵਰ ਦੀ ਸਫਾਈ ਹੈ, ਠੀਕ ਆ ਨਾ, ਪਾਚਨ ਸ਼ਕਤੀ ਨੂੰ ਵਧਾਉਂਦੀ ਹੈ, ਮੂੰਹ ਦੀ ਬਦਬੂ, ਦੰਦ ਤੇ ਮਸੂੜਿਆਂ ਦੀ ਮਜ਼ਬੂਤੀ ਹੈ, ਸਰੀਰ ਨੂੰ ਤੁਰੰਤ ਊਰਜਾ ਦਿੰਦੀ ਹੈ, ਡੀਹਾਈਡਰੇਸ਼ਨ ਰੱਖਦੀ ਹੈ, ਹੱਡੀਆਂ ਦੀ ਸਿਹਤ ਲਈ ਫਾਇਦੇਮੰਦ ਹੈ, ਨੌ ਕਿਡਨੀ ਲਈ, ਠੀਕ ਹੈ, ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ, ਇਹਦੇ ਨਾਲ ਨਾਲ ਹੋਰ ਜਿਹੜੀਆਂ ਬਿਮਾਰੀਆਂ ਤੋਂ ਜਿਵੇਂ ਗੈਸ ਆ, ਕਬਜ਼ ਹੈ, ਇਨਫੈਕਸ਼ਨ ਹੈ, ਪੇਟ ਦੀ ਜਲਨ ਹੈ, ਐਸਿਡਿਟੀ ਹੈ, ਕਿਸੇ ਨੂੰ ਉਹ ਆਪਣਾ ਪੀਲੀਆ ਹੋਇਆ ਪੱਥਰੀ, ਮਤਲਬ ਨੈਚੁਰਲ ਚੀਜ਼ ਹੈ। ਸੋ ਜਿਵੇਂ ਨਾ ਮੈਂ ਇੱਕ ਵੀਡੀਓ ਦੇਖੀ ਜਾਂਦਾ ਸੀਗਾ ਜਦੋਂ ਸਟੱਡੀ ਕਰਦੇ ਸੀਗੇ ਆਪਣਾ ਸਰਦਾਰ ਪ੍ਰਗਟ ਸਿੰਘ ਹੈਗੇ, ਉਹ ਮਤਲਬ ਚੰਗੀ ਸਟੱਡੀ ਕਰਕੇ ਦੱਸਦੇ, ਉਹ ਕਹਿੰਦੇ ਵੀ 100 ਤਰ੍ਹਾਂ ਦੀਆਂ ਬਿਮਾਰੀਆਂ ਦਾ, ਠੀਕ ਹੈ ਜੀ, ਹਾਂਜੀ, ਇਹਦੇ ਵਿੱਚ ਆਪਾਂ ਕਦੇ ਗੱਲ ਫੇਰ ਕੋਈ ਨਹੀਂ, ਵਾਹਿਗੁਰੂ ਸੁੱਖ ਰੱਖਿਆ ਤਾਂ ਕਰਾਂਗੇ ਜੇ ਬਾਅਦ ਚ ਬਣਾਵਾਂਗੇ। ਹਾਂਜੀ ਹਾਂ, ਜਿਵੇਂ ਬਾਬਾ ਰਾਮਦੇਵ ਬਾਰੇ ਨਾਲ, ਉਹਨਾਂ ਜਿਹੜੇ ਬਾਲਕ੍ਰਿਸ਼ਨ ਕਿਹੜੇ ਹੁੰਦੇ ਨੇ, ਉਹਨਾਂ ਨੇ ਮਤਲਬ ਚੰਗੇ ਚੰਗੇ ਜਿਹੜੇ ਆਯੁਰਵੈਦਿਕ ਤੇ ਉਹਨਾਂ ਨੇ ਸਾਰਾ ਇਹਦੀ ਬਾਰੇ ਸਟੱਡੀ ਕਰਕੇ ਗੱਲਾਂ ਬਾਤਾਂ ਦੱਸੀਆਂ ਵੀ ਆ। ਹਾਂਜੀ ਦਰਸ਼ਕ ਵੀਰੋ, ਇੱਕ ਗੱਲ ਜਿਹੜੀ ਗਨੇਰੀਆਂ ਬਾਰੇ ਹੋਰ ਕਰਨੀ ਸੀਗੀ, ਤੇ ਇਹ ਸਵਾਲ ਨਾ ਸਾਰਿਆਂ ਦਾ ਹੀ ਹੁੰਦਾ, ਅਕਸਰ ਹੀ ਸਵਾਲ ਮੈਨੂੰ ਪੁੱਛਦੇ ਨੇ ਵੀ ਬਾਈ ਗੰਨਾ ਮਿੱਠਾ ਹੋ ਗਿਆ ਹੁਣ, ਬਾਈ ਗੰਨਾ ਦਾ ਜੇ ਮਿੱਠਾ ਨਹੀਂ ਹੋਇਆ। ਉਹ ਮੈਂ ਮੇਰੇ ਨਾਲ ਵੀਰ ਜੀ ਨੇ ਗੁਰਿੰਦਰ ਸਿੰਘ ਸਟੱਡੀ ਸਰਕਲ ਤੋਂ, ਜਿਹੜੇ ਸਟੱਡੀ ਸਰਕਲ ਕੋਟਕਪੂਰਾ ਦੇ ਵਿੱਚ ਆਪਦੀ ਸੇਵਾਵਾਂ ਦੇ ਰਹੇ ਨੇ, ਅੱਜ ਵੀਰ ਜੀ ਨੇ ਸਟਾਲ ਲਾਈ ਸੀਗੀ ਸਾਡੇ ਨਾਲ ਹੀ, ਮੈਂ ਵੀਰ ਜੀ ਤੋਂ ਤਜਰਬਾ ਪੁੱਛੂੰਗਾ ਜੀ, ਇਹ ਮਤਲਬ ਗਨੇਰੀਆਂ ਬਾਰੇ ਦੱਸੋ ਵੀਰ ਜੀ। ਹਾਂਜੀ, ਮੈਂ ਇਹ ਦੱਸਦਾ, ਸਾਰੇ ਦਰਸ਼ਕ ਵੀ ਸੁਣ ਰਹੇ ਆ ਤੇ ਵੀਰ ਜੀ ਉਹਨਾਂ ਨਾਲ ਵੀ ਮੈਂ ਗੱਲ ਸਾਂਝੀ ਕਰ ਰਿਹਾ ਵੀ ਇਹ ਕੋਟਕਪੂਰੇ ਆ, 3-4 ਦਿਨਾਂ ਦੀ ਗੱਲ ਆਈ, ਉੱਥੇ ਵੀ ਅਸੀਂ ਅੱਧੇ ਸਮਾਗਮ ਦੇ ਵਿੱਚ ਸਟਾਲ ਲਾਈ ਤੇ ਮੇਰਾ ਬੇਟਾ ਕਹਿੰਦਾ ਵੀ ਮੈਂ ਕੁਛ ਖਾਣਾ ਪੀਣਾ, ਮੈਂ ਮੇਰੇ ਤੋਂ ਪੈਸੇ ਲੈ ਗਿਆ ਤੇ ਉੱਥੇ ਰੇਹੜੀ ਲੱਗੀ ਸੀਗੀ ਗਨੇਰੀਆਂ ਦੀ, ਆਮ ਹੁੰਦੀ ਆ, ਹਾਂਜੀ, ਉਹ ਰੇਹੜੀ ਲੱਗੀ ਤੇ ਉਹ ਕਹਿੰਦਾ ਵੀ ਪਾਪਾ ਮੈਂ ਗਨੇਰੀਆਂ ਲੈ ਲਾ, ਮੈਂ ਕਿਹਾ ਜਿਹੜਾ ਤੇਰਾ ਦਿਲ ਕਰਦਾ ਲੈ ਲਾ, ਇਹ ਤਾਂ ਚੱਲ ਵਧੀਆ ਚੀਜ਼ ਆ, ਗੰਨੇ ਦਾ ਵਧੀਆ ਚੀਜ਼ ਆ ਵੀ ਹੋਰ ਗੰਦ ਤੋਂ ਬਚੂਗਾ। ਉਹਨੇ ਗਨੇਰੀਆਂ ਲਿਆਂਦੀਆਂ, ਵਾਹਵਾ ਸਾਰੀਆਂ ਲਿਆਂਦੀਆਂ, 50 ਰੁਪਏ ਦੀਆਂ ਲਿਆਂਦੀਆਂ, ਵਾਹਵਾ ਆ ਗਈਆਂ ਤੇ ਉਹ ਖਾਧੀਆਂ, ਜਿਵੇਂ ਹੀ ਬੇਸਵਾਦੀਆਂ, ਬੇਮਿੱਠੀਆਂ, ਮਤਲਬ ਮਿੱਠਾ ਹੀ ਕੋਈ ਨੀ ਉਹ ਚ, ਗਨੇਰੀਆਂ ਹੋਣ ਤੇ ਮਿੱਠਾ ਹੀ ਨਾ ਹੋਵੇ, ਗੁੜ ਹੋਵੇ ਤੇ ਮਿੱਠਾ ਹੀ ਨਾ ਹੋਵੇ, ਖੰਡ ਹੋਵੇ ਤੇ ਮਿੱਠਾ ਹੀ ਨਾ ਹੋਵੇ, ਮਿਰਚ ਹੋਵੇ ਤੇ ਮਿਰਚ ਹੋਵੇ ਹੀ ਨਾ, ਮਿੱਠੀਆਂ ਮਿਰਚਾਂ, ਇਹਦਾ ਕੀ ਮਤਲਬ ਹੋ ਗਿਆ, ਮਿੱਠਾ ਮਿੱਠੀ ਖੰਡ ਹੋਵੇ ਤੇ ਬਿਨਾਂ ਮਿਠਾਸ ਤੋਂ ਹੋਵੇ ਜੀ, ਤਾਂ ਉਹ ਬਹੁਤ ਸਾਰਿਆਂ ਨੇ ਉਹ ਫਿੱਟੇ ਲਾਂਤੀ ਪਾਈ ਉਹ ਗਨੇਰੀਆਂ ਦੀ, ਤੇ ਜਦੋਂ ਮੈਂ ਅੱਜ ਤੁਹਾਡੇ ਕੋਲੇ ਵੇਖਿਆ ਤੁਸੀਂ ਸਾਰੇ ਚੈੱਕ ਜੇ ਵੀ ਕਰੀ ਜਾਂਦੇ ਸੀ ਵੀ ਗਨੇਰੀਆਂ, ਦਿਲ ਤਾਂ ਮੇਰਾ ਵੀ ਕਰੇ ਵੀ ਯਾਰ ਇਹ ਗਨੇਰੀਆਂ ਕਹੀ ਜਾਂਦੇ ਆ, ਤੇ ਗਨੇਰੀਆਂ ਮੈਂ ਹੋਰ ਵੀ ਕਈ ਬੰਦਿਆਂ ਨੇ ਉੱਥੇ ਗੱਲ ਵੀ ਕੀਤੀ ਵੀ ਹਜੇ ਰੁੱਤ ਨਹੀਂ ਆਈ, ਵੀ ਇਹ ਨਾ ਰੁੱਤ ਹੁੰਦੀ ਆ, ਕੋਈ ਹਜੇ ਮਿਠਾਸ ਭਰੀ ਨੀ, ਰਸ ਭਰਿਆ ਨੀ ਹੋਵੇ ਤਾਂ ਨੀ ਕਰਕੇ ਮਿੱਠੀਆਂ, ਹਾਂਜੀ, ਤੇ ਉਹ ਜਦੋਂ ਹੁਣ ਬਾਈ ਜੀ ਉਹਨਾਂ ਕੋਲੋਂ ਮੈਂ ਗਨੇਰੀਆਂ ਖਾਧੀਆਂ ਇੱਕ ਦੋ, ਤੇ ਮੈਂ ਹੁਣ ਪੈਕਟ ਵੀ ਲੈ ਕੇ ਚੱਲਿਆ, ਹੁਣ ਨੂਰ ਨੂੰ ਖਵਾਉਂਗਾ ਵੀ ਬੇਟੇ ਨੂੰ ਵੀ ਯਾਰ ਮਿੱਠੀਆਂ, ਯਾਰ ਮੈਂ ਇਹ ਵੀ ਬਾਈ ਜੀ ਨੂੰ ਵੀ ਹੁਣ ਪੁੱਛਦਾ ਇਹ ਸਵਾਲ ਫਿਰ ਖੰਡ ਪਾਈ ਹੁੰਦੀ ਆ, ਚਲੋ ਉਹ ਤਾਂ ਆਪਾਂ ਕਹਿਣ ਚ ਆ ਜਾਂਦੀ ਗੱਲ, ਖੰਡ ਇੱਕ ਵੱਖਰੀ ਆ, ਪਰ ਬਹੁਤ ਸਵਾਲ ਹੈ।
ਜਿਹੜੀ ਮੇਨ ਆਪਾਂ ਨੂੰ ਗੱਲ ਬਹੁਤ ਵਧੀਆ ਲੱਗੀ। ਬਾਕੀ ਬਾਈ ਲੈ ਕੇ ਵੀ ਤੁਸੀਂ ਦੇਖ ਸਕਦੇ ਹੋ, ਬੰਦ ਐ ਪੂਰਾ ਢੱਕ ਕੇ ਜੀ, ਅਸੀਂ ਤਾਂ ਮੱਖੀ ਮੱਛਰ ਤਾਂ ਦੂਰ ਦੀ ਨਹੀਂ ਲੰਘਣ ਦਿੰਦੇ ਜੀ, ਪੈਕਿੰਗ ਵੀ ਐਂ ਵੇਖ ਕੇ ਤੁਸੀਂ ਹੈਰਾਨ ਹੀ ਹੋ ਜਾਂਦੇ ਹੋ। ਹਾਂਜੀ ਹਾਂ, ਮਤਲਬ ਪੂਰਾ ਮਤਲਬ ਜਿਹੜਾ ਹੈਗਾ ਵਾਤਾਵਰਨ ਦੇ ਫ੍ਰੈਂਡਲੀ ਬਣਾਇਆ ਵੀ ਜਿਵੇਂ ਇਹਦੇ ਨਾਲ ਖਰਾਬ। ਹਾਂਜੀ ਅਸਲ ਵਿੱਚ ਨਾ ਜੀ, ਜਿਹੜਾ ਗੰਨਾ ਜਿਹੜਾ ਮਿੱਠਾ ਹੁੰਦਾ ਨਾ, ਥੋੜੀ ਜੀ ਠੰਡ ਪਈ ਤੋਂ ਮਿੱਠਾ ਹੁੰਦਾ। ਅਸਲ ਵਿੱਚ ਠੰਡ ਪਈ ਤੋਂ ਕਿਉਂ ਮਿੱਠਾ ਹੁੰਦਾ ਨਾ, ਜਿਹੜੀ ਹਰ ਇੱਕ ਚੀਜ਼ ਨੇ ਆਪਦੀ ਉਮਰ ਦੇ ਹਿਸਾਬ ਨਾਲ ਪੱਕਣਾ। ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਰੁੱਤ ਤੇ ਇੱਕ ਉਮਰ, ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਪੂਰੀ ਹੋਣੀ ਚਾਹੀਦੀ ਹੈ। ਤਾਂ ਜਿਹੜਾ ਇਹ ਆਪਣਾ ਜਿਹੜਾ ਗੰਨਾ ਹੈਗਾ, ਵੈਸੇ ਹੁਣ ਮੇਰੇ ਮਿੱਠੀ ਮਿੱਠੀ ਠੰਡ ਜੀ ਪੈ ਗਈ ਹੈ, ਇਹ ਆਪਣਾ ਗੰਨਾ ਬੜਾ ਗੇਤਾ ਲਾਇਆ ਹੋਇਆ ਸੀਗਾ ਜੀ। ਇਹ ਜਿਹੜੇ ਗੰਨੇ ਦੀਆਂ ਗਨੇਰੀਆਂ ਬਣਾਈਆਂ, ਲਗਭਗ ਇਹਦੀ 13-14 ਮਹੀਨੇ ਉਮਰ ਹੋ ਗਈ ਆ। ਠੀਕ ਆ ਨਾ, ਜਿਵੇਂ ਕਹਿੰਦੇ ਵੀ ਉਮਰ ਦੇ ਆਪਦੇ ਪੜਾਅ ਤੇ ਬੰਦਾ ਆਪਦਾ ਸਮਝਦਾਰ ਹੋ ਜਾਂਦਾ ਹੈ, ਤੇ ਉਹ ਤਾਂ ਉਮਰ ਹੋ ਗਿਆ, ਤੇ ਜਾਂ ਬੰਦਾ ਸਿੱਖਿਆ ਨਾਲ ਸਮਝ ਹੋ ਜਾਂਦਾ, ਉਹਦੀ ਕੁਆਲਿਟੀ ਹੋ ਗਈ, ਉਹਦੀ ਵੈਰਾਈਟੀ ਹੋ ਗਈ। ਸੋ ਬਈ ਇਹ ਜਿਹੜਾ ਹੈਗਾ ਨਾ, ਅਸੀਂ ਤਾਂ ਮਤਲਬ ਸਾਡੇ ਵੱਲੋਂ ਤਾਂ ਜੀ, ਅਸੀਂ ਜੋ ਚੀਜ਼ ਮਾਰਕੀਟ ਦੇ ਵਿੱਚ ਲੈ ਕੇ ਆਵਾਂਗੇ, ਜੇ ਉਹਦੀ ਕੁਆਲਿਟੀ ਸਿਰੇ ਦੀ ਹੈ ਤਾਂ ਲੈ ਕੇ ਆਵਾਂਗੇ, ਅਦਰਵਾਈਜ਼ ਨਹੀਂ ਲੈ ਕੇ ਆਉਂਦੇ। ਬਾਕੀ ਵੈਰਾਈਟੀਆਂ ਦਾ ਬਹੁਤ ਫਰਕ ਹੁੰਦਾ ਜੀ। ਹਾਂਜੀ ਹਾਂ, ਤੇ ਗਨੇਰੀ ਦੇ ਤਾਂ ਜਿਵੇਂ ਗੁਣ ਹੈਗੇ ਨੇ ਜੀ, ਕਿਸੇ ਦਿਨ ਇਹ ਤਾਂ ਪੂਰੀ ਲੰਬੀ ਵੀਡੀਓ ਚਾਹੀਦੀ ਹੈ ਤੇ ਗੁਣ ਬਾਰੇ ਦੱਸਣ ਵਾਸਤੇ ਜੀ। ਹਾਂਜੀ ਹਾਂ, ਬਾਕੀ ਜੀ ਮਤਲਬ ਅਸੀਂ ਕੋਟਕਪੂਰੇ ਹੋਮ ਡਿਲੀਵਰੀ ਕੀਤੀ ਹੈ, ਕੋਈ ਨੀ, ਵਾਹਿਗੁਰੂ ਸੁੱਖ ਰੱਖਣ, ਅਸੀਂ ਸੇਵਾਵਾਂ ਤੁਹਾਨੂੰ ਜ਼ਰੂਰ ਪਹੁੰਚਾਵਾਂਗੇ ਜੀ। ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ, ਸ਼ੁਕਰੀਆ ਜੀ। ਹਾਂ।